ਆ ਸੇਬ ਆ ਗਿਆ ਗੋਲਡਨ ਸੇਬ 100 ਰੁਪਈਏ 200-250 ਜਨਾਬ, ਇਹ ਜਨਾਬ ਲੋਟੀ ਦਾ ਮਾਲ ਹੈ। ਮੈਂ ਨਾ ਖਾਣ ਵਾਲਾ ਸੇਬ ਹੈ, ਮੂੰਹ ਵਿੱਚ ਕੁਰਦਾ ਹੈ, ਖਾਣ ਵਾਲਾ ਮਿੱਠਾ ਹੈ। ਹੈ ਆ ਕਿੱਦਾਂ ਲਾਇ ਇਹ 150 ਯੋ ਪਰ ਲੈ, ਇਹ 100 ਰੁਪਈਏ ਯਾ ਇਹ 250। ਉਹ ਸੇਬ ਵੇਖ ਟੇੜੇ ਪੇੜੇ ਜਿਹੜਾ ਸੇਬ ਹੈ ਉਹ ਯਾਰ ਮੁੜ ਕੇ ਕਾਣੇ ਨਾ ਨਾ ਪੱਤੇ ਦੇਖ ਲੋ, ਇਹ ਸੇਬ ਹੈ ਕਾਣਾ ਨਿਕਲੇ ਤੇ ਮੇਰੇ ਮੂੰਹ ਤੇ ਮਾਰ ਜਾਵੀਂ ਯਾਰ। 40 ਕਿਲੋ ਕਰ ਦੇ। ਅੱਛਾ ਇੱਥੋਂ ਕਰ ਦੇਵਾਂ? ਕਰ ਦੇ ਕਰ ਦੇ, ਇਹ 250 ਨੂੰ। ਆਹੋ ਆ ਲੈ ਫੜ, ਆ ਵੱਧ ਹੀ ਨਹੀਂ ਵੱਧ। ਚਲੋ ਕੋਈ ਨਹੀਂ, ਆ ਅਸੀਂ ਸੌਦਾ ਕਰ ਲਾ ਤੂੰ ਕਰਨੇ ਆ ਤੇ ਅਸੀਂ ਸੌਦਾ ਵੱਧ ਹੀ ਦਿੰਨੇ ਆ ਗਾਹਕ ਨੂੰ। ਆ ਲੈ ਫੜ, ਡਬਲ ਕਰ ਲਈ ਸ਼ਾਪਰ, ਡਬਲ ਕਰ ਲੈਨੇ ਆ ਨਾਲ। ਆ ਲੈ ਫੜ, ਆ ਲੈ 250 ਕੱਟ ਲਾ। ਓ ਯਾਰ ਬਾਨ ਤਾਂ ਕੋਈ ਨਹੀਂ ਯਾਰ, ਇਹ ਮੈਂ ਕੋਈ 5000 ਵਾਲਾ ਦੇ ਦਿੰਦੇ ਆ, 500 ਰੁਪਏ ਦਾ ਨੋਟ। ਯਾਰ ਸਵੇਰ ਦਾ ਗਾਹਕ ਦਾ ਬਾਨ ਕੋਈ ਨਹੀਂ, 500 ਦੀ ਪਾਉ। ਮੈਂ ਫੇ ਲੈ ਕੇ ਆਉਣਾ, ਬਾਨ ਲੈ ਆ ਲੈ ਜਾਂਦਾ। ਉਹਨੂੰ ਕਿਹੜਾ ਪਤਾ ਲੱਗਣਾ ਬਈ ਇਹ ਸੇਬ ਗੋਲਡਨ ਪਾਇਆ ਇਸ ਨੂੰ ਜਾਂ 100 ਵਾਲੇ ਨੇ ਜਾਂ 250 ਵਾਲੇ ਨੇ। ਵਹਿੰਦਾ ਤਾਂ ਕੋਈ ਪਿਆ, ਕੋਈ ਵਹਿੰਦਾ ਇਹ ਰੱਖਣਾ ਇੱਥੇ। ਇੱਥੋਂ ਪਾਉਂਦੇ ਹਾਂ ਆ ਕੱਚੇ ਕੱਚੇ, ਖਰਾਬ ਖਰੂਬ ਚੱਲ ਜਾਣੇ ਨੇ ਆਪੇ। ਯਾਰ ਆ ਚੇਂਜ ਤੇ 500 ਦੀ ਦੇਈ ਪਾਓ। ਚਲੋ ਤੁਹਾਡੇ ਕੋਲ ਵੀ ਖੁੱਲੇ ਕੋਈ ਨੀ, ਉਹਦੇ ਕੋਲ ਸੇਬਾਂ ਵਾਲੇ ਕੋਲ ਵੀ ਖੁੱਲੇ ਕੋਈ ਨੀ। ਯਾਰ ਆ ਚੇਂਜ ਤੇ 500 ਦੀ ਦੇਈ, ਉਹਦੇ ਮੁਕਦਰਾਂ ਚ ਪੈਸੇ ਕੋਈ ਨੀ। ਸੇਬ ਲੈਣੇ ਆ ਤੇ ਜਾਂਦੇ ਆ, ਫਿਰ ਇਹੀ ਹੱਲ ਆ ਇਹਦਾ। ਸੇਬ ਭਾਈ ਹਾਂਜੀ, ਚੇਂਜ ਯਾਰ ਲੱਭੀ ਕਿਤੇ ਯਾਰ, ਚੇਂਜ ਤਾਂ ਜ਼ਰੂਰੀ ਆ ਭਾਈ ਜਾਨ, ਚੇਂਜ ਤਾਂ ਆ। ਵੇਖ ਲਓ ਤੁਹਾਡੇ ਸੇਬ ਆਵੇਂ ਜਨਾਬ, ਇਹ ਆ ਵੇਖੋ ਆਪਾਂ ਯਾਰ, ਉਹ ਮੈਂ ਬੇਤਬਾਰੀ ਦੀ ਗੱਲ ਹੀ ਕਰਨ ਦਿਆਂ, ਆ ਨਾਲ ਹੀ ਮੇਰਾ ਘਰ ਵਾ, ਫਿਰ ਮੈਂ ਉਹ ਤੋਂ ਘਰੋਂ ਲੈ ਆਉਂਦਾ, ਮੈਂ ਟੁੱਟੇ ਪੈਸੇ ਪਏ ਘਰ ਲੈ ਆ, ਫਿਰ ਉਹ ਮੈਂ ਇੱਥੇ ਹੀ ਖੜਾ ਹੋਣਾ 5 ਮਿੰਟਾਂ 'ਚ ਆਇਆ ਮੈਂ, ਆ ਤੇ ਮੇਰਾ ਘਰ ਆ ਗਿਆ ਤੇ ਮੈਂ ਹੁਣੇ ਆਇਆ, ਤੂੰ ਉਹਨਾਂ ਚਿਰ ਵੇਚ। ਅੱਛਾ ਉਹ ਸਲਾਮੋ ਲੈਕਮ ਜੀ। ਉਹ ਵਾਲੇਕੁਮ ਸਲਾਮ ਫੌਜ ਸਾਹਿਬ, ਕੀ ਗੱਲ ਆ, ਪਰੇਸ਼ਾਨ ਬੜੇ ਖੜੇ ਹੋ। ਓ ਯਾਰ ਪਰੇਸ਼ਾਨ ਤਾਂ ਯਾਰ, ਇਹ ਤੂੰ ਆ ਮੈਂ ਨਾ ਤੈਨੂੰ ਦੱਸਾਂ ਮੇਰੇ ਆ ਵੇਖੋ। ਅੱਛਾ ਗੱਲ ਇਹ ਵੀ ਇੱਥੋਂ ਯਾਰ ਨਾ ਇੱਕ ਬੰਦਾ ਆਇਆ ਸੇਬ ਲਵਣ, ਤੇ ਮੈਂ ਉਹਨੂੰ ਕਿਲੋ ਸੇਬਾਂ ਦਾ ਇੱਥੋਂ ਗੋਲਡਨ ਤੋਲ ਦਿੱਤਾ। ਅੱਛਾ ਚੰਗੇ ਸੇਬ ਹੋ ਸਕਿਆ ਦੇ, 250 ਰੁਪਈਏ ਕਿਲੋ। ਅੱਛਾ ਤੇ ਉਹਦੇ ਕੋਲ 500 ਦਾ ਨੋਟ, ਉਹ 250 ਰੁਪਈਆ ਬਕਾਇਆ ਮੈਂ ਲੈਣਾ ਤੇ 250 ਉਹ, ਮੈਂ ਕਿਹਾ ਮੇਰੇ ਕੋਲ ਚੇਂਜ ਕੋਈ ਨੀ। ਹਟ ਕੇ ਯਾਰ ਚੇਂਜ ਕੋਈ ਲੱਤੀ, ਮੈਂ ਕਿਹਾ ਵੀ ਯਾਰ ਸੇਬ ਆਪਦੇ ਪੈ ਨੀ, ਇਹ ਬਹੁ ਲੈ ਲਾ ਤੇ ਮੈਨੂੰ ਪੈਸੇ ਦੇ। ਉਹ ਸਕਿਆ ਵੀ ਇੰਜ ਨਾਲ ਮੇਰਾ ਘਰ ਹੈ ਤੇ ਉੱਥੋਂ ਮੈਂ ਨਾ ਸੇਬ ਦਿੱਤੀ ਆਉਣਾ ਤੇ ਤੈਨੂੰ ਮੈਂ 250 ਰੁਪਈਆ ਲਿਆ ਕੇ ਦੇਣਾ। ਉਹ ਹਟ ਕੇ ਨੀ ਆਇਆ, ਮੈਨੂੰ ਇੱਥੇ 2 ਘੰਟੇ ਹੋ ਗਏ। ਯਾਰ ਫਿਰ ਗੱਲ ਤੇ ਉਹ ਹੀ ਹੋ ਗਈ, ਸਿਆਣਿਆ ਕਿਹਾ ਵੀ ਜੈਸਾ ਕਰੋਗੇ ਵੈਸਾ ਭਰੋਗੇ। ਕੀ ਮਤਲਬ? ਮਤਲਬ ਤੇ ਇਹ ਹੀ ਹੋ ਗਿਆ ਵੀ ਤੂੰ 2 ਨੰਬਰੀ ਕੀਤੀ ਹੈ, ਪਹਿਲੇ ਚੰਗੇ ਨੂੰ ਦਿੱਤੇ ਨੇ
ਉਹ ਚੰਗੇ ਉਹ ਵਿਚਾਰਾ ਚੇਂਜ ਲੈਣ ਗਿਆ ਤੇ ਚੰਗੇ ਕੱਢ ਕੇ ਤੂੰ ਮੁੜ ਮਾੜੇ ਪਾ ਕੇ ਰੱਖ ਛੱਡੇ ਨੇ ਤੇ ਜੈਸਾ ਤੂੰ ਉਹਦੇ ਨਾਲ ਕੀਤਾ ਤੇ ਉਸ ਤਰ੍ਹਾਂ ਦੇ ਤੇਰੇ ਨੂੰ ਵਰਤਾਵਾ ਹੋਣਾ ਸੀ ਨਾ ਹੁਣ ਕਿਉਂ ਤੂੰ ਪਰੇਸ਼ਾਨ ਹੈ ਇਹ ਕਮਰਾ ਨਾ ਹੋਵੇ ਤਾਂ ਗਲਤੀ ਹੋ ਗਈ ਫੌਜੀ ਸਾਹਿਬ ਅੱਲਾ ਦੇ ਕੇ ਮਾਫ਼ੀ ਮੰਗ ਮੁੜ ਕੇ ਦੁਬਾਰਾ ਨਹੀਂ ਇਹ ਕੰਮ ਕਰਨਾ ਹੁਣ ਮੈਂ ਨਹੀਂ ਕਰਦਾ ਹਾਂ।